देख सकते जी कि किस तरीके दे नाल हाथ दे नाल जिहड़ा ये मूँह टेढ़ा हो जाता डॉक्टर को जावांगे तो वाकई सही गल है कि लखां रुपए जरूर लगनगे हस्पतालां दे विच जावांगे तो चीर फाड़ भी जरूर कढ़नगे पर यह पलां दे विच यह सही कर देंगे ने तो ਕਿੰਨੀ ਦੇਰ ਤੋਂ ਇਹ ਸੇਵਾ ਨਿਭਾ ਰਹੇ ਨੇ ਇਹ ਤਕਰੀਬਨ ਸਾਡੀਆਂ ਕਈ ਪੀੜ੍ਹੀਆਂ ਹੋ ਗਈਆਂ ਜੱਦੀ ਪੁਰਸ਼ੀ ਆ ਸਾਡਾ ਦਾਦਾ ਦਾਦੇ ਬਖਸ਼ਿਸ਼ ਆ ਦਾਦੇ ਪਰਦਾਦੇ ਕਰਦੇ ਆ ਰਹੇ ਇਹ ਬਿਲਕੁਲ ਨਿਸ਼ਕਾਮ ਸੇਵਾ ਕਰ ਰਹੇ ਨੇ ਕੋਈ ਕਿਸੇ ਤੋਂ ਪੈਸਾ ਨਹੀਂ ਡਾਕਟਰ ਕੋਲ ਜਾਂਦੇ ਆ ਡਾਕਟਰ ਪੈਸਾ ਲੈਂਦੇ ਆ ਆਪਰੇਸ਼ਨ ਕਰ ਦਿੰਦੇ ਆ ਪਰ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਕੋਲ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਔਰ ਬੜੇ ਹੀ 2 ਮਿੰਟ 'ਚ ਆਦਮੀ ਨੂੰ ਫ੍ਰੀ ਕੀਤਾ ਜਾ ਰਿਹਾ ਹੈ ਕੀ ਹੋਇਆ ਕੀ ਮਾਤਾ ਜੀ ਮਾਤਾ ਤੋਂ ਟੈਗ ਹੋ ਗਿਆ ਸੀ ਇਸ ਕਰਕੇ ਉਹਦਾ ਮੂੰਹ ਜਿਹੜਾ ਥੋੜਾ ਜਿਹਾ ਵਿੰਗਾ ਹੋ ਗਿਆ ਸੀ ਇਸ ਕਰਕੇ ਪਹਿਲਾਂ ਆਏ ਪਿਛਲੇ ਬੁੱਧਵਾਰ ਆਏ ਸੀ ਤੇ ਹੁਣ ਇੱਕ ਵਾਰੀ ਆਏ ਆ ਕਹਿੰਦੇ ਇੱਕ ਵਾਰੀ ਹੋਰ ਆਉਣਾ ਪੈਣਾ ਅਗਲੇ ਐਤਵਾਰ ਤਾਂ ਉਸ ਬਿਲਕੁਲ ਠੀਕ ਹੋ ਜਾਏਗਾ ਕੁਝ ਫਰਕ ਮਹਿਸੂਸ ਹੋਇਆ ਬਹੁਤ ਫਰਕ ਹੋਇਆ ਜੀ ਤੁਸੀਂ ਕਿੱਥੋਂ ਆਏ ਜੇ ਭਾਜੀ ਅੰਮ੍ਰਿਤਸਰ ਤੋਂ ਆਏ ਕੀ ਹੋਇਆ ਭਾਜੀ ਨੇ ਪੈਰਾਲਾਈਜ਼ ਅਟੈਕ ਹੋਇਆ ਸੀਗਾ 25 ਤਰੀਕ ਨੂੰ 25 ਜਨਵਰੀ ਨੂੰ 25 ਜਨਵਰੀ ਨੂੰ ਤੇ ਕਿੰਨੀ ਵਾਰੀ ਆ ਗਏ ਜੀ ਅਸੀਂ ਇੱਥੇ 5-6 ਵਾਰੀ ਆ ਗਏ ਫਰਕ ਮਹਿਸੂਸ ਹੋਇਆ ਕੁਝ ਬਹੁਤ ਬਹੁਤ ਜ਼ਿਆਦਾ ਮਹਿਸੂਸ ਹੋਇਆ ਜੀ ਬਹੁਤ ਜ਼ਿਆਦਾ ਖਾਸ ਤਸਵੀਰ ਤੁਹਾਡੇ ਨਾਲ ਇਹ ਅੰਮ੍ਰਿਤਸਰ ਦੇ ਬਾਲ ਕਲਾਂ ਦੀ ਸਾਂਝੀ ਕਰ ਰਹੇ ਹਾਂ ਜਿਹੜੇ ਜਿਹੜੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜੋ ਲੋਕ ਬੈਠੇ ਨੇ ਬੜੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਤਾਂ ਉਹ ਜ਼ਰੂਰ ਚਾਹੁੰਦੇ ਹੋਣਗੇ ਕਿ ਕੁਝ ਇਸ ਤਰ੍ਹਾਂ ਦੀ ਤਸਵੀਰ ਸਾਂਝੀ ਕੀਤੀ ਜਾਵੇ ਤਾਂ ਡੇਲੀ ਪੋਸਟ ਪੰਜਾਬੀ ਵੱਲੋਂ ਇਹ ਖਾਸ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ ਕਿਹੜੀ ਕਿਹੜੀ ਬਿਮਾਰੀ ਦਾ ਸੀ ਇਲਾਜ ਕਰਦੇ ਵੇਖੋ ਅਸੀਂ ਕਰਦੇ ਮੂੰਹ ਸਿੱਧਾ ਜਿਹੜਾ ਵਿੰਗਾ ਹੁੰਦਾ ਪਰ ਉਹਦਾ ਵੀ ਕੋਈ ਪੀੜ ਹੁੰਦਾ ਵਾ 6 ਮਹੀਨੇ ਸਾਲ ਤੋਂ ਬਾਅਦ ਮੂੰਹ ਜਿਹੜਾ ਵਿੰਗਾ ਉਹ ਸਿੱਧਾ ਨਹੀਂ ਹੁੰਦਾ ਇਸ ਤਰ੍ਹਾਂ ਬੀਬੀ ਦਾ ਮੂੰਹ ਵਿੰਗਾ ਨਾ ਅੱਖ ਬੰਦ ਨਹੀਂ ਹੁੰਦੀ ਸਾਰਾ ਮੂੰਹ ਇਹਨੂੰ ਚਲ ਗਿਆ ਇਹ ਆਪਾਂ ਇਹਨੂੰ ਠੀਕ ਕਰਨਾ ਵਾ ਅਗਰ ਜੇ ਸਾਲ 2 ਸਾਲ ਹੋ ਜੇ ਫਿਰ ਕੁਝ ਪਰਸੈਂਟ ਹੀ ਲੱਭਦੇ 100% ਠੀਕ ਨਹੀਂ ਹੁੰਦਾ ਹਾਂਜੀ ਹੁਣ ਆਪਾਂ ਠੀਕ ਕਰਾਂਗੇ ਮੌਕੇ ਤੇ ਆਏ ਤਾਂ ਸਾਰਾ ਠੀਕ ਹੋ ਜਾਊਗਾ ਮੂੰਹ ਵਿੰਗੇ ਤੋਂ ਇਲਾਵਾ ਹੋਰ ਕਿਹੜਾ ਕਿਹੜਾ ਇਲਾਜ ਮੂੰਹ ਵਿੰਗੇ ਤੋਂ ਅਸੀਂ ਸਾਈਡ ਦੀ ਦਵਾਈ ਬਣਾਉਂਦੇ ਪਰ ਉਹ ਛਮਾਈ ਤੋਂ ਅੰਦਰ ਹੁਣ ਲੋ ਇੱਥੇ ਲੋਕੀ 20-20 ਸਾਲ ਪੁਰਾਣੇ ਮਰੀਜ਼ ਚੁੱਕ ਕੇ ਲੈ ਆਉਂਦੇ ਆ ਉਹਨਾਂ ਨੂੰ ਕੋਈ ਦਵਾਈ ਕੰਮ ਨਹੀਂ ਕਰਦੀ ਹਾਂਜੀ ਕੋਈ ਦਾਇਰਾ ਹੁੰਦਾ ਨਾ ਹੁਣ ਕਿਸੇ ਨੂੰ ਪੋਲੀਓ ਹੋ ਜੇ ਹਸਪਤਾਲ ਲੈ ਜਾਂਗੇ ਤੇ ਉਹ ਤਾਂ ਡਾਕਟਰ ਇਲਾਜ ਸ਼ੁਰੂ ਕਰ ਦਿੰਦੇ ਆ ਪਰ ਅਸੀਂ ਨਹੀਂ ਕਰਦੇ ਉਹਦਾ ਟਾਈਮ ਲੰਘ ਚੁੱਕਾ ਹੁੰਦਾ ਜਿੱਦ ਤੱਕ ਜ਼ਿਆਦਾ ਮੂੰਹ ਖੁੱਲ ਜਾਂਦਾ ਇਧਰ ਜਬਾੜੇ ਅੜ ਜਾਂਦੇ ਉਹ ਲਹਿਦਾ ਚੀਜ਼ ਆ ਉਹ 100 ਬੰਦੇ ਦਾ ਮੂੰਹ ਵਿੰਗਾ ਹੋਵੇ ਤੇ ਇੱਕ ਬੰਦੇ ਦਾ ਖੁੱਲਦਾ ਵਾ ਉਹ ਬਹੁਤ ਭੈੜੀ ਬਿਮਾਰੀ ਆ ਉਹ ਮੂੰਹ ਖੁੱਲਾ ਰਹਿੰਦਾ ਉਹ ਅਸੀਂ 1 ਸਕਿੰਟ 'ਚ ਬੰਦ ਕਰ ਦਿੰਦੇ ਹਾਂ ਅਸੀਂ ਕੋਈ ਪੈਸਾ ਨਹੀਂ ਕਿਸੇ ਕੋਲ ਲੈਣਾ ਕੋਈ ਅਸੀਂ ਪਖੰਡ ਨਹੀਂ ਕਰਦੇ ਕੋਈ ਜਾਦੂ ਟੂਣਾ ਨਹੀਂ ਕਰਦੇ ਕੋਈ ਧਾਗਾ ਨਹੀਂ ਦਿੰਦੇ ਹਾਂਜੀ ਅਸੀਂ ਹੱਥ ਨਾਲ ਹੀ ਸੇਵਾ ਕਰਨੀ ਲੋਕ ਠੀਕ ਹੋਈ ਜਾਂਦੇ ਆ ਦੋਸਤੋ ਕਿਸੇ ਵੀ ਬਿਮਾਰੀ ਨੂੰ ਲੈ ਕੇ ਜਦੋਂ ਡਾਕਟਰ ਦੇ ਕੋਲ ਕੋਈ ਪਹੁੰਚਦਾ ਹੈ ਤਾਂ ਉਹਨੂੰ ਲੱਖਾਂ ਰੁਪਏ ਖਰਚਣੇ ਪੈਂਦੇ ਨੇ ਫਿਰ ਕਿਤੇ ਜਾ ਕੇ ਉਹਦੀ ਬਿਮਾਰੀ ਦਾ ਕੋਈ ਹੱਲ ਹੁੰਦਾ ਤਾਂ ਅੱਜ ਲਗਾਤਾਰ ਇੱਕ ਬਿਮਾਰੀ ਸਿਰ ਚੁੱਕ ਰਹੀ ਹੈ ਪੈਰਾਲਾਈਜ਼ ਦੇ ਅਟੈਕ ਜਿਹੜੇ ਨੇ ਬੜੇ ਹੋ ਰਹੇ ਨੇ ਲਕਵੇ ਬੜੇ ਹੋ ਰਹੇ ਨੇ ਤਾਂ ਇਸ ਵਕਤ ਜਿੱਥੇ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਲਾਗੇ ਬਾਲ ਕਲਾਂ ਏਰੀਏ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਸੈਂਕੜੋ ਮਰੀਜ਼ ਰੋਜ਼ ਇੱਥੇ ਪਹੁੰਚਦੇ ਨੇ ਕਿਸੇ ਦਾ ਮੂੰਹ ਟੇਢਾ ਹੈ ਕਿਸੇ ਨੂੰ ਪੈਰਾਲਾਈਜ਼ ਦਾ ਜਦੋਂ ਅਟੈਕ ਹੋਇਆ ਤਾਂ ਉਹ ਪੂਰਾ ਸਰੀਰ ਜਿਹੜਾ ਵਾ ਉਹ ਟੇਢਾ ਹੋ ਚੁੱਕਿਆ ਹੋਰ ਵੀ ਲਕਵਾ ਵਾ ਕਾਫੀ ਬਿਮਾਰੀਆਂ ਜਿਹੜੀਆਂ ਨੇ ਇੱਥੇ ਪਲਾਂ ਦੇ ਵਿੱਚ ਸਹੀ ਕਰ ਦਿੱਤੀਆਂ ਜਾਂਦੀਆਂ ਨੇ ਜ਼ਿਆਦਾ ਫੇਰੇ ਨਹੀਂ ਲਗਾਉਣੇ ਪੈਂਦੇ ਤਾਂ ਉਹ ਵੀ ਬਿਲਕੁਲ ਫ੍ਰੀ ਕੋਈ ਪੈਸਾ ਨਹੀਂ ਲੱਗਦਾ ਤਾਂ ਪੈਸੇ ਤੋਂ ਬਿਨਾਂ ਹੀ ਜਿਹੜੇ ਇੱਥੇ ਦੂਰ ਦੂਰ ਪਹੁੰਚਦੇ ਨੇ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਪੰਜਾਬ ਤੋਂ ਬਾਹਰ ਵੀ ਕਾਫੀ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਆਪਣਾ ਇਲਾਜ ਕਰਾਉਣ ਵਾਸਤੇ ਤਾਂ ਹਾਲਾਤ ਦੇਖ ਸਕਦੇ ਜੇ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਲੋਕ ਇੱਥੋਂ ਪਹੁੰਚਦੇ ਨੇ ਤਾਂ ਫਿਰ ਸਹੀ ਹੋ ਕੇ ਜਦੋਂ ਜਾਂਦੇ ਨੇ ਤਾਂ ਫਿਰ 4 ਲੋਕ ਜਿਹੜੇ ਹੋਰ ਉੱਥੇ ਕੋਈ ਇਸ ਤਰ੍ਹਾਂ ਦੀ ਬਿਮਾਰੀ ਦੇ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਜਾ ਕੇ ਦੱਸਦੇ ਨੇ ਕਿ ਜਿਸ ਜਗ੍ਹਾ 'ਤੇ ਅਸੀਂ ਗਏ ਹਾਂ ਉੱਥੇ ਪੈਸਾ ਕੋਈ ਨਹੀਂ ਲੱਗਾ ਪਰ ਸਾਡੀ ਬਿਮਾਰੀ ਪਲਾਂ ਦੇ ਵਿੱਚ ਸਹੀ ਹੋ ਗਈ ਆ ਤਾਂ ਦੇਖ ਸਕਦੇ ਜੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਮਾਤਾ ਜੀ ਜਿਹੜੇ ਆਏ ਨੇ ਤਾਂ ਬਿਲਕੁਲ ਥੋੜ੍ਹੀ ਜਿਹੀ ਗੱਲ ਵੀ ਅਸੀਂ ਜ਼ਰੂਰ ਕਰਕੇ ਦੇਖਾਂਗੇ ਕਿੱਥੋਂ ਆਏ ਭਾਜੀ ਤੁਸੀਂ ਕਿੱਥੋਂ ਆਏ ਅਸੀਂ ਆਏ ਹਾਂ ਪਿੰਡ ਭੁੱਲਰ ਤਰਨ ਤਾਰਨ ਤੋਂ ਕੀ ਹੋਇਆ ਕੀ ਮਾਤਾ ਜੀ ਮਾਤਾ ਤੋਂ ਟੈਗ ਹੋ ਗਿਆ ਸੀ ਇਸ ਕਰਕੇ ਉਹਦਾ ਮੂੰਹ ਜਿਹੜਾ ਥੋੜ੍ਹਾ ਜਿਹਾ ਵਿੰਗਾ ਹੋ ਗਿਆ ਸੀ ਇਸ ਕਰਕੇ ਪਹਿਲਾਂ ਆਏ ਪਿਛਲੇ ਬੁੱਧਵਾਰ ਆਏ ਸੀ ਅਤੇ ਹੁਣ ਇੱਕ ਵਾਰੀ ਆਏ ਹਾਂ ਕਹਿੰਦੇ ਇੱਕ ਵਾਰੀ ਹੋਰ ਆਉਣਾ ਪੈਣਾ ਅਗਲੇ ਐਤਵਾਰ ਤਾਂ ਉਸ ਬਿਲਕੁਲ ਠੀਕ ਹੋ ਜਾਏਗਾ ਕੁਝ ਫਰਕ ਮਹਿਸੂਸ ਹੋਇਆ ਬਹੁਤ ਫਰਕ ਹੋਇਆ ਜੀ ਹਾਂਜੀ ਬਹੁਤ ਇਸ ਤਰ੍ਹਾਂ ਪਤਾ ਲੱਗਾ ਜੀ ਤੁਹਾਨੂੰ ਹਾਂਜੀ ਇੱਥੇ ਆਪਣੇ ਮੇਰੇ ਸਿਸਟਰ ਵੀ ਰਹਿੰਦੀ ਆ ਹਾਂਜੀ ਉੱਥੇ ਮੇਰੇ ਭੂਆ ਜੀ ਵੀ ਇੱਥੇ ਰਹਿਆਂ ਹਰੇ ਇੱਥੇ ਰਹਿੰਦੇ ਆ ਉਹਨਾਂ ਦੇ 10 ਭਾਈ ਬਹੁਤ ਹੈ ਉਹਦਾ ਬਿਲਕੁਲ ਅਸੀਂ ਅਰਦਾਸ ਕਰਦੇ ਹਾਂ ਰੱਬ ਦੇ ਅੱਗੇ ਕਿ ਜਲਦ ਤੋਂ ਜਲਦ ਜਿਹੜੇ ਲੋਕ ਇੱਥੇ ਪਹੁੰਚਦੇ ਉਹਨਾਂ ਨੂੰ ਜਿਹੜੀ ਬਿਮਾਰੀ ਲੱਗੀ ਆ ਉਹ ਜਲਦ ਤੋਂ ਜਲਦ ਸਹੀ ਹੋਵੇ ਤਾਂ ਜੋ ਆਪਣੇ ਘਰ ਸੁਰੱਖਿਅਤ ਆਪਣੇ ਘਰ ਸਹੀ ਤੰਦਰੁਸਤ ਹੋ ਕੇ ਬੈਠਣ ਤਾਂ ਬੜੇ ਇਸ ਤਰ੍ਹਾਂ ਦੇ ਇੱਥੇ ਕੇਸ ਜਿਹੜੇ ਨੇ ਲਗਾਤਾਰ ਪਹੁੰਚ ਰਹੇ ਨੇ ਜਿਹਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਬਾਲ ਕਲਾਂ ਅਤੇ ਤੁਸੀਂ ਕਿੱਥੋਂ ਆਏ ਜੇ ਭਾਜੀ ਅੰਮ੍ਰਿਤਸਰ ਤੋਂ ਆਏ ਕੀ ਹੋਇਆ ਭਾਜੀ ਨੇ ਪੈਰਾਲਾਈਜ਼ ਅਟੈਕ ਹੋਇਆ ਸੀਗਾ 25 ਤਰੀਕ ਨੂੰ
ਬਜ਼ੁਰਗੋ ਕਿੰਨੀ ਕੁ ਮੁਸ਼ਕਲ ਹੋਈ ਸੀ ਜਦੋਂ ਇਸ ਤਰ੍ਹਾਂ ਦਾ ਅਟੈਕ ਹੋਇਆ ਸੀ? ਬਹੁਤ ਮੁਸ਼ਕਲ ਹੋਈ ਜੀ। ਇੱਥੇ ਆ ਕੇ ਜਿੰਨੀ ਵਾਰੀ ਤੁਸੀਂ ਫੇਰੇ ਲਗਾਏ ਜੇ, ਕਿੰਨੀ ਕੁ ਹਰ ਇੱਕ ਫੇਰੇ ਦੇ ਵਿੱਚ ਮੂਵਮੈਂਟ ਨਜ਼ਰ ਆਈ ਤੁਹਾਨੂੰ? ਇੱਥੇ ਮੂਵਮੈਂਟ ਉਹ ਘੱਟ ਹੀ ਰਹੀ ਆ, ਵੀ ਲੋਕ ਠੀਕ ਹੀ ਹੁੰਦੇ, ਫਰਕ ਸਮਝ ਰਹਿੰਦਾ, ਫਰਕ ਮਹਿਸੂਸ ਹੋਣ ਡਿਆ। ਹਾਂ ਠੀਕ, ਤਾਂ ਬਿਲਕੁਲ ਫਰਕ ਮਹਿਸੂਸ ਹੁੰਦਾ ਪਿਆ ਤਾਂ ਫਰਕ ਮਹਿਸੂਸ ਹੋਣਾ ਵੀ ਚਾਹੀਦਾ। ਤਾਂ ਅਸੀਂ ਉਸ ਮਹਾਨ ਸ਼ਖਸ ਨੂੰ ਮਿਲਦੇ ਹਾਂ ਜਿਨ੍ਹਾਂ ਵੱਲੋਂ ਕੋਈ ਪੈਸਾ ਨਾ ਲੈਂਦਿਆਂ ਹੋਇਆਂ ਇਲਾਜ ਕੀਤਾ ਜਾ ਰਿਹਾ, ਲੋਕਾਂ ਦਾ ਇਲਾਜ ਕੀਤਾ ਜਾ ਰਿਹਾ। ਤਾਂ ਕਾਫੀ ਜਿਹੜੇ ਇਸ ਜਗ੍ਹਾ ਦੇ ਉੱਤੇ ਬੈਠੇ ਹੋਏ ਨੇ ਮਰੀਜ਼ ਜਿਹੜੇ ਇੱਥੇ ਬੈਠੇ ਹੋਏ ਨੇ, ਤਾਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾ ਰਿਹਾ। ਮਰੀਜ਼ਾਂ ਦੇ ਨਾਲ ਦੇਖ ਸਕਦੇ ਜੀ ਕਿ ਕਿਸ ਤਰੀਕੇ ਦੇ ਨਾਲ ਹੱਥ ਦੇ ਨਾਲ ਜਿਹੜਾ ਇਹ ਮੂੰਹ ਟੇਢਾ ਹੋ ਜਾਂਦਾ। ਡਾਕਟਰ ਕੋਲ ਜਾਵਾਂਗੇ ਤਾਂ ਵਾਕਿਆ ਸਹੀ ਗੱਲ ਹੈ ਕਿ ਲੱਖਾਂ ਰੁਪਏ ਜ਼ਰੂਰ ਲੱਗਣਗੇ ਹਸਪਤਾਲਾਂ ਦੇ ਵਿੱਚ, ਜਾਵਾਂਗੇ ਤਾਂ ਚੀਰ ਫਾੜ ਵੀ ਜ਼ਰੂਰ ਕੱਢਣਗੇ, ਪਰ ਇਹ ਪਲਾਂ ਦੇ ਵਿੱਚ ਇਹ ਸਹੀ ਕਰ ਦਿੰਦੇ ਨੇ। ਤਾਂ ਜਿਹੜੇ ਇਹ ਬਾਹਰ ਇੱਥੇ ਮਰੀਜ਼ ਆਏ ਹੋਏ ਸਨ ਉਹਨਾਂ ਵੱਲੋਂ ਵੀ ਖਾਸ ਕਰਕੇ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਅਸੀਂ ਇੱਥੇ ਪਹੁੰਚਦੇ ਹਾਂ ਬਾਅਦ ਵਿੱਚ ਬਿਲਕੁਲ ਤੰਦਰੁਸਤ ਹੋ ਕੇ ਅਸੀਂ ਇੱਥੇ ਜਾਂਦੇ ਹਾਂ, ਭਾਵੇਂ 5 ਫੇਰੇ ਲੱਗਦੇ ਆ, ਕਿਸੇ ਦੇ 10 ਫੇਰੇ ਲੱਗਦੇ ਆ, ਕੋਈ ਇੱਕੋ ਫੇਰੇ ਦੇ ਵਿੱਚ ਇੱਥੇ ਬਿਲਕੁਲ ਪਰਫੈਕਟ ਹੋ ਕੇ ਪਹੁੰਚਦਾ, ਆਪਣੇ ਘਰ ਨੂੰ ਪਹੁੰਚਦਾ। ਤਾਂ ਖਾਸ ਤਸਵੀਰ ਤੁਹਾਡੇ ਨਾਲ ਇਹ ਅੰਮ੍ਰਿਤਸਰ ਦੇ ਬਲ ਕਲਾਂ ਦੀ ਸਾਂਝੀ ਕਰ ਰਹੇ ਹਾਂ। ਜਿਹੜੇ ਜਿਹੜੇ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ, ਬੜੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ, ਤਾਂ ਉਹ ਜ਼ਰੂਰ ਚਾਹੁੰਦੇ ਹੋਣਗੇ ਕਿ ਕੁਝ ਇਸ ਤਰ੍ਹਾਂ ਦੀ ਤਸਵੀਰ ਸਾਂਝੀ ਕੀਤੀ ਜਾਵੇ। ਤਾਂ ਡੇਲੀ ਪੋਸਟ ਪੰਜਾਬੀ ਵੱਲੋਂ ਇਹ ਖਾਸ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਤੁਸੀਂ ਦੇਖ ਰਹੇ ਜੇ ਕਿ ਜ਼ਿਆਦਾ ਟਾਈਮ ਨਹੀਂ ਲਗਾਇਆ ਜਾ ਰਿਹਾ, ਜ਼ਿਆਦਾ ਟਾਈਮ ਨਾ ਲਗਾਉਂਦਿਆਂ ਹੋਇਆਂ ਜਿਹੜੇ ਮਰੀਜ਼ ਨੇ ਉਹਨਾਂ ਨੂੰ ਬਿਲਕੁਲ ਪਰਫੈਕਟ ਕੀਤਾ ਜਾ ਰਿਹਾ, ਉਹਨਾਂ ਨੂੰ ਬਿਲਕੁਲ ਸਹੀ ਕੀਤਾ ਜਾ ਰਿਹਾ ਹੱਥ ਦੇ ਨਾਲ, ਸਿਰਫ ਦੋ ਉਂਗਲਾਂ ਮੂੰਹ ਵਿੱਚ ਪਾ ਕੇ। ਤਾਂ ਕਿਸ ਤਰੀਕੇ ਦੇ ਨਾਲ ਮੂੰਹ ਨੂੰ ਸਿੱਧਾ ਕੀਤਾ ਜਾ ਰਿਹਾ, ਤਾਂ ਇਹ ਕੋਈ ਕ੍ਰਿਸ਼ਮੇ ਤੋਂ ਘੱਟ ਨਹੀਂ, ਅਸੀਂ ਕਹਾਂਗੇ ਕੋਈ ਕ੍ਰਿਸ਼ਮੇ ਤੋਂ ਘੱਟ ਵਾਕਿਆ ਹੀ ਨਹੀਂ ਕਹਾਂਗੇ। ਕਿ ਜੇ ਕਰ ਅਸੀਂ ਡਾਕਟਰਾਂ ਕੋਲ ਪਹੁੰਚਾਂਗੇ ਤਾਂ ਬਹੁਤ ਫੀਸਾਂ ਲੱਗਣਗੀਆਂ। ਤਾਂ ਇਹ ਜਿਹੜਾ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ, ਤਾਂ ਉਹਦਾ ਇਲਾਜ ਕੀਤਾ ਜਾ ਰਿਹਾ ਵਧੀਆ ਤਰੀਕੇ ਦੇ ਨਾਲ। ਕੋਈ ਬਾਂਹ ਦੇਖ ਸਕਦੇ ਜੀ, ਕਿਸੇ ਦੀ ਬਾਂਹ ਨਹੀਂ ਚੱਲਦੀ, ਕਿਸੇ ਦੀ ਲੱਤ ਨਹੀਂ ਚੱਲਦੀ, ਕਿਸੇ ਕੋਈ ਬੋਲ ਨਹੀਂ ਸਕਦਾ, ਮੂੰਹ ਉਹਦਾ ਬਿਲਕੁਲ ਟੇਢਾ ਹੋ ਚੁੱਕਿਆ। ਤਾਂ ਅੰਮ੍ਰਿਤਸਰ ਦੇ ਬਲ ਕਲਾਂ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ। ਨੀਚੇ ਵਾਲਾ ਜਬਾੜਾ ਜਿਹੜਾ ਵਾ ਉਹਨੂੰ ਹੱਥ ਨਾਲ ਫੜ ਕੇ ਤਾਂ ਸਿੱਧਾ ਕੀਤਾ ਜਾ ਰਿਹਾ ਕਿਸ ਤਰੀਕੇ ਦੇ ਨਾਲ। ਤਾਂ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ। ਬਾਬਾ ਜੀ, ਸਭ ਤੋਂ ਪਹਿਲਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਕਰਦੀ ਹੈ ਕਿ ਕਿੱਡਾ ਸੋਹਣਾ ਕੰਮ ਜਿਹੜਾ ਲੋਕਾਂ ਦੇ ਲੱਖਾਂ ਰੁਪਏ ਲੱਗਣੇ ਆ, ਤਾਂ ਉਹ ਤੁਸੀਂ ਫ੍ਰੀ ਆਫ ਕੋਸਟ ਲੋਕਾਂ ਨੂੰ ਸਹੀ ਕਰਦੇ। ਵੀ ਕਿੰਨੀ ਦੇਰ ਤੋਂ ਇਹ ਸੇਵਾ ਨਿਭਾ ਰਹੇ? ਇਹ ਤਕਰੀਬਨ ਸਾਡੀਆਂ ਕਈ ਪੀੜ੍ਹੀਆਂ ਹੋ ਗਈਆਂ, ਜੱਦੀ ਪੁਰਸ਼ੀ ਆ ਸਾਡਾ, ਦਾਦੇ ਬਖਸ਼ਿਸ਼ ਆ, ਦਾਦੇ ਪੜਦਾਦੇ ਕਰਦੇ ਆ ਰਹੇ। ਕਿਹੜੀ ਕਿਹੜੀ ਜਗ੍ਹਾ ਤੋਂ ਮਰੀਜ਼ ਆਉਂਦੇ ਨੇ, ਕਿਸ ਤਰੀਕੇ ਦੇ ਨਾਲ? ਸਾਰੇ ਪੰਜਾਬ 'ਚੋਂ ਵੀ, ਬਾਹਰ ਦੇ ਮੁਲਕਾਂ 'ਚੋਂ ਵੀ। ਬਿਲਕੁਲ ਦੇਖ ਸਕਦੇ ਹੋ ਕਿ ਹੋਰ ਵੀ ਅਸੀਂ ਗੱਲਬਾਤ ਜ਼ਰੂਰ ਸਾਂਝੀ ਕਰਾਂਗੇ, ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਕਿਸ ਤਰੀਕੇ ਦੇ ਨਾਲ ਸਾਰਾ ਕੀਤਾ ਜਾ ਰਿਹਾ। ਤਾਂ ਉਹ ਵੀ ਅਸੀਂ ਸਰਦਾਰ ਕੁਲਦੀਪ ਸਿੰਘ ਜੀ ਉਹਨਾਂ ਦੇ ਨਾਲ ਜ਼ਰੂਰ ਕਰਾਂਗੇ, ਅਸੀਂ ਗੱਲਬਾਤ ਸਾਂਝੀ ਕਰਾਂਗੇ, ਕਿਉਂਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਇਲਾਜ ਕਰਨ ਵਾਲਾ ਹੈਗਾ ਤਾਂ ਅਸੀਂ ਵੀ ਆਪਣਾ ਇਲਾਜ ਕਰਾ ਸਕੀਏ। ਕੋਈ ਕਾਫੀ ਲੋਕ ਅਸੀਂ ਕਹਾਂਗੇ ਕਿ ਕਾਫੀ ਲੋਕ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ, ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਡਾਕਟਰਾਂ ਵਾਸਤੇ ਫੀਸਾਂ ਨਹੀਂ ਹੈਗੀਆਂ, ਇਸ ਕਰਕੇ ਘਰ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੀ ਆਪਣੀ ਜ਼ਿੰਦਗੀ ਕੱਢੀ ਜਾ ਰਿਹਾ। ਤਾਂ ਉਹਨਾਂ ਵਾਸਤੇ ਇੱਕ ਖਾਸ ਮੌਕਾ ਹੈ, ਸੁਨਹਿਰੀ ਮੌਕਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਅੰਮ੍ਰਿਤਸਰ ਦੇ ਬਲ ਕਲਾਂ ਦੇ ਵਿੱਚ ਨਿਖਰ ਕੇ ਬਾਹਰ ਆਇਆ, ਜਿੱਥੇ ਕਿ ਹਰ ਇੱਕ ਦਾ ਇਲਾਜ ਕੀਤਾ ਜਾ ਰਿਹਾ। ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਲਾਜ ਕੀਤਾ ਰਿਹਾ। ਭਾਅ ਜੀ, ਤੁਹਾਡਾ ਕੀ ਨਾਮ ਹੈ ਅਤੇ ਕਿੱਥੋਂ ਆਏ ਤੁਸੀਂ? ਭਾਅ ਜੀ, ਅਸੀਂ ਜਲਾਲਾਬਾਦ ਤੋਂ ਆਏ ਸੀ। ਅਸੀਂ ਵੀ ਇੱਕ ਬਾਬਾ ਜੀ ਦੀ ਵੀਡੀਓ ਦੇਖੀ ਸੀ, ਉਸ ਨੂੰ ਵੇਖ ਕੇ ਅਸੀਂ ਅੱਜ ਇੱਥੇ ਪਹਿਲੀ ਵਾਰ ਆਏ ਹਾਂ ਜੀ। ਮੈਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਜੀ, ਇੱਥੇ ਲੋਕਾਂ ਨੂੰ 1 ਮਿੰਟ ਤੋਂ ਪਹਿਲਾਂ ਹੀ ਠੀਕ ਕੀਤਾ ਜਾ ਰਿਹਾ। ਜਿਨ੍ਹਾਂ ਦੇ ਮੂੰਹ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ, ਲਕਵੇ ਦੀ ਹੈ, ਜਿਨ੍ਹਾਂ ਦੇ ਬਾਜ਼ੂ ਨੂੰ ਪ੍ਰੋਬਲਮ ਹੈ, ਉਹ ਬਹੁਤ ਜਲਦੀ ਸਹੀ ਕੀਤੀ ਜਾ ਰਹੀ ਹੈ। ਇਹਨਾਂ
ਇਹ ਬਿਲਕੁਲ ਨਿਸ਼ਕਾਮ ਸੇਵਾ ਕਰ ਰਹੇ ਨੇ, ਕੋਈ ਕਿਸੇ ਤੋਂ ਪੈਸਾ ਨਹੀਂ, ਡਾਕਟਰ ਕੋਲ ਜਾਂਦੇ ਆ ਡਾਕਟਰ ਪੈਸਾ ਲੈਂਦੇ ਆ ਆਪਰੇਸ਼ਨ ਕਰ ਦਿੰਦੇ ਆ, ਪਰ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਕੋਲ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਔਰ ਬੜੇ ਹੀ 2 ਮਿੰਟ 'ਚ ਆਦਮੀ ਨੂੰ ਫ੍ਰੀ ਕੀਤਾ ਜਾ ਰਿਹਾ ਹੈ। ਬਿਲਕੁਲ, ਤਾਂ ਅਸੀਂ ਦੇਖ ਸਕਦੇ ਹਾਂ ਕਿ ਕਈ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਫੀਸ ਨਹੀਂ ਦੇ ਸਕਦੇ ਡਾਕਟਰ ਨੂੰ, ਇਸ ਵਜ੍ਹਾ ਕਰਕੇ ਉਹ ਘਰੇ ਇਸ ਤਰ੍ਹਾਂ ਜ਼ਿੰਦਗੀ ਕੱਢੀ ਜਾ ਰਹੇ। ਬਿਲਕੁਲ ਜੀ, ਇਹਨਾਂ ਡਾਕਟਰਾਂ ਦੀ ਫੀਸਾਂ ਦੇ ਜਦੋਂ ਇੰਨੀਆਂ ਹੀ ਜ਼ਿਆਦਾ ਨੇ, ਬੰਦੇ ਕੋਲੋਂ ਕੋਈ ਫੀਸ ਦੇ ਦੇਣ ਜੋਗੇ ਪੈਸੇ ਹੀ ਨਹੀਂ ਹੁੰਦੇ, ਉਹ ਇਸੇ ਕਾਰਨ ਆਪਣੇ ਇਲਾਜ ਕਰਾਉਣ ਤੋਂ ਇੰਨਾ ਕੁ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਕਿ ਉਹਨਾਂ ਕੋਲ ਪੈਸਾ ਹੀ ਨਹੀਂ, ਉਹ ਇਲਾਜ ਨਹੀਂ ਹੁੰਦਾ। ਇੱਥੇ ਬਿਲਕੁਲ ਫ੍ਰੀ ਇਲਾਜ ਕੀਤਾ ਜਾ ਰਿਹਾ, ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕਿਸੇ ਕੋਲ ਪੈਸਾ ਨਹੀਂ ਲਿਆ ਜਾ ਰਿਹਾ ਔਰ 2 ਮਿੰਟ ਤੋਂ ਪਹਿਲਾਂ ਹੀ ਇਸ ਜੋ ਵੀ ਆਉਂਦਾ ਉਹਨੂੰ 2 ਮਿੰਟ 'ਚ ਠੀਕ ਕਰਕੇ ਭੇਜਿਆ ਜਾ ਰਿਹਾ। ਮੈਨੂੰ ਇਹ ਬਹੁਤ ਵਧੀਆ ਲੱਗਾ, ਮੈਂ ਪਹਿਲੀ ਵਾਰੀ ਆਇਆ ਇੱਥੇ ਜੀ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਬਹੁਤ। ਕਹਿੰਦੇ ਨੇ ਕਿ ਚੰਗੇ ਕਰਮ ਅਸੀਂ ਕਰਦੇ ਪਏ ਨੇ ਤਾਂ ਸ਼ਾਇਦ ਫਿਰ ਸਾਡੇ ਹਿੰਦੁਸਤਾਨ, ਸਾਡੇ ਇੰਡੀਆ ਦੀ ਧਰਤੀ ਜਿਹੜੀ ਆ ਉਹ ਇਸ ਤਰ੍ਹਾਂ ਦੇ ਕੰਮਾਂ ਦੇ ਨਾਲ ਹੀ ਕਿਤੇ ਨਾ ਕਿਤੇ ਬਚੀ ਨਜ਼ਰ ਆ ਰਹੀ ਹੈ। ਬੜੀ ਜਗ੍ਹਾ ਦੇ ਉੱਤੇ ਕਿਤੇ ਹੜ੍ਹ ਆ ਰਹੇ ਨੇ, ਕਿਤੇ ਭੂਚਾਲ ਆ ਰਹੇ, ਕਿਤੇ ਤੂਫਾਨ ਆ ਰਹੇ ਨੇ, ਸੈਂਕੜੋ ਲੋਕ ਮਰਦੇ ਪਏ ਨੇ, ਤਾਂ ਇਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਦਾਨ ਪੁੰਨ ਹੁੰਦੇ ਨੇ, ਇਸ ਤਰ੍ਹਾਂ ਦੇ ਚੰਗੇ ਕਰਮ ਹੁੰਦੇ ਨੇ, ਸ਼ਾਇਦ ਇਸ ਵਜ੍ਹਾ ਕਰਕੇ ਅਸੀਂ ਕਿਤੇ ਨਾ ਕਿਤੇ ਬਚਾ ਸਮਝਦੇ ਆਪਣਾ ਖੁਦ ਦਾ। ਤਾਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ। ਬਾਬਾ ਜੀ, ਸਭ ਤੋਂ ਪਹਿਲਾਂ ਮੈਂ 2-4 ਗੱਲਾਂ ਤੁਹਾਡੇ ਕੋਲ ਪੁੱਛੀਆਂ, ਪਰ ਮੈਂ ਸਹੀ ਤਰੀਕੇ ਜਾਣਕਾਰੀ ਲੈਣਾ ਚਾਹੁੰਦਾ, ਕਿਉਂਕਿ ਜਿਹੜੇ ਬੜੇ ਇਸ ਤਰ੍ਹਾਂ ਦੇ ਸਾਡੇ ਦਰਸ਼ਕ ਨੇ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਵਾਕਿਆ ਇਸ ਤਰ੍ਹਾਂ ਦੀ ਬਿਮਾਰੀ ਹੈ ਪਰ ਪੈਸੇ ਦੀ ਵਜ੍ਹਾ ਕਰਕੇ ਡਾਕਟਰਾਂ ਦੇ ਕੋਲ ਨਹੀਂ ਜਾਂਦੇ, ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕਰਦੇ? ਵੇਖੋ, ਅਸੀਂ ਕਰਦੇ ਮੂੰਹ ਸਿੱਧਾ ਜਿਹੜਾ ਵਿੰਗਾ ਹੁੰਦਾ, ਪਰ ਉਹਦਾ ਵੀ ਕੋਈ ਪੀਰੀਅਡ ਹੁੰਦਾ ਵਾ, 6 ਮਹੀਨੇ ਸਾਲ ਤੋਂ ਬਾਅਦ ਮੂੰਹ ਜਿਹੜਾ ਵਿੰਗਾ ਉਹ ਸਿੱਧਾ ਨਹੀਂ ਹੁੰਦਾ। ਇਸ ਤਰ੍ਹਾਂ ਬੀਬੀ ਦਾ ਮੂੰਹ ਵਿੰਗਾ ਨਾ, ਵੇਖੋ ਅੱਖ ਬੰਦ ਨਹੀਂ ਹੁੰਦੀ, ਸਾਰਾ ਮੂੰਹ ਇਹਨੂੰ ਚੱਲ ਗਿਆ, ਇਹ ਆਪਾਂ ਇਹਨੂੰ ਠੀਕ ਕਰਨਾ ਵਾ। ਅਗਰ ਜੇ ਸਾਲ 2 ਸਾਲ ਹੋ ਜਾਏ ਫਿਰ ਕੁਝ ਪਰਸੈਂਟ ਹੀ ਲੱਭਦੇ, 100% ਠੀਕ ਨਹੀਂ ਹੁੰਦਾ। ਹਾਂਜੀ, ਹੁਣ ਆਪਾਂ ਠੀਕ ਕਰਾਂਗੇ, ਮੌਕੇ 'ਤੇ ਆਏ ਤਾਂ ਸਾਰਾ ਠੀਕ ਹੋ ਜਾਊਗਾ। ਇਹਨੂੰ ਟਾਈਮ ਕਿੰਨੀ ਵਾਰੀ, ਟਾਈਮ ਪੀਰੀਅਡ ਕਿੰਨਾ ਹੁੰਦਾ ਵਾ? ਜਿੰਨਾ ਕਿਸੇ ਦਾ ਰੁਪਈਏ ਦੇ ਵਿੱਚੋਂ 2 ਆਨੇ ਮੂੰਹ ਵਿੰਗਾ, ਕਿਸੇ ਦਾ 4 ਆਨੇ, ਕਿਸੇ ਦਾ 6 ਆਨੇ ਆ, ਉਹ ਹਿਸਾਬ ਨਾਲ ਗੇੜੇ ਮਾਰਨੇ ਪੈਣੇ ਆ। ਕਮ ਸੇ ਕਮ 4 ਵਾਰਾਂ 3 ਵਾਰਾਂ ਹੋਇਆ ਸਾਰਾ ਕਲੀਅਰ ਹੋ ਜਾਂਦਾ ਵਾ। ਮੂੰਹ ਵਿੰਗੇ ਤੋਂ ਇਲਾਵਾ ਹੋਰ ਕਿਹੜਾ ਕਿਹੜਾ ਇਲਾਜ? ਮੂੰਹ ਵਿੰਗੇ ਤੋਂ ਅਸੀਂ ਸਾਈਡ ਦੀ ਦਵਾਈ ਬਣਾਉਂਦੇ, ਪਰ ਉਹ ਛਮਾਈ ਤੋਂ ਅੰਦਰ ਹੁਣ ਲਓ, ਇੱਥੇ ਲੋਕ 20-20 ਸਾਲ ਪੁਰਾਣੇ ਮਰੀਜ਼ ਚੁੱਕ ਕੇ ਲੈ ਆਉਂਦੇ ਆ, ਉਹਨਾਂ ਨੂੰ ਕੋਈ ਦਵਾਈ ਕੰਮ ਨਹੀਂ ਕਰਦੀ। ਹਾਂਜੀ, ਕੋਈ ਦਾਇਰਾ ਹੁੰਦਾ ਨਾ, ਹੁਣ ਕਿਸੇ ਨੂੰ ਪੋਲੀਓ ਹੋ ਜਾਏ, ਹਸਪਤਾਲ ਲੈ ਜਾਂਗੇ ਤਾਂ ਉਹ ਡਾਕਟਰ ਇਲਾਜ ਸ਼ੁਰੂ ਕਰ ਦਿੰਦੇ ਆ, ਪਰ ਅਸੀਂ ਨਹੀਂ ਕਰਦੇ, ਉਹਦਾ ਟਾਈਮ ਲੰਘ ਚੁੱਕਾ ਹੁੰਦਾ। ਬਲਕਿ ਚੈਲੰਜ ਹੀ ਅਸੀਂ ਕਰਦੇ ਜਿਹੜਾ 20 ਸਾਲ ਪੁਰਾਣਾ ਵਾ, ਪਰ ਕੋਸ਼ਿਸ਼ ਅਸੀਂ ਕਰ ਸਕਦੇ, ਕੁਝ ਪਰਸੈਂਟ ਮਿਲ ਜਾਣਗੇ। ਤਾਂ ਇਹਦਾ ਕਾਰਨ ਕੀ ਹੁੰਦਾ ਜਿਹੜਾ ਮੂੰਹ ਟੇਡਾ ਹੋ ਜਾਂਦਾ? ਵੇਖੋ, ਕਾਰਨ ਤਾਂ ਵੇਖੋ, ਹਜ਼ਾਰਾਂ ਬਿਮਾਰੀਆਂ ਨੇ, ਬੰਦਾ ਇੱਕ ਆ ਕਿਸੇ ਨੂੰ ਜੇ ਪਤਾ ਹੋਵੇ ਆ ਕਾਰਨ ਹੈ ਤਾਂ ਲੋਕ 2-3 ਪਹਿਲਾਂ ਨਾ ਜਾ ਕੇ ਹਸਪਤਾਲ ਬਹਿ ਜਾਣ, ਕਾਰਨ ਦਾ ਨਹੀਂ ਕੋਈ ਕੋਈ ਜਿਹੜੇ ਉਹਨੂੰ ਹਵਾ ਪੈ ਗਈ ਆ, ਇੱਕ ਸਾਈਡ ਪੂਰੀ ਕੰਮ ਕਰਨ ਨੂੰ ਹਟ ਗਈ ਆ, ਅੱਖ ਨਹੀਂ ਕੰਮ ਕਰਦੀ, ਗੱਲ ਨਹੀਂ ਕੰਮ ਕਰਦੀ, ਮੱਥਾ ਨਹੀਂ ਕੰਮ ਕਰਦਾ, ਰਾਤ ਨੂੰ ਲੋਕ ਸੁੱਤੇ ਹੁੰਦੇ ਚੰਗੇ ਭਲੇ, ਦਿਨੇ ਉੱਠਦੇ ਤਾਂ ਮੇਰਾ ਮੂੰਹ ਵਿੰਗਾ ਹੋ ਜਾਏ, ਸਾਡੇ ਕੋਲ ਆ ਜਾਂਦੇ ਆ, ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਮੈਨੂੰ ਕੀ ਹੋਇਆ। ਉਹ ਫਿਰ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਜ਼ਿਆਦਾ ਮੂੰਹ ਖੁੱਲ ਜਾਂਦਾ, ਇੱਧਰ ਜਬਾੜੇ ਅੜ ਜਾਂਦੇ, ਉਹ ਅਲੱਗ ਚੀਜ਼ ਆ, ਉਹ 100 ਬੰਦੇ ਦਾ ਮੂੰਹ ਵਿੰਗਾ ਹੋਵੇ ਤਾਂ 1 ਬੰਦੇ ਦਾ ਖੁੱਲਦਾ ਵਾ, ਉਹ ਬਹੁਤ ਭੈੜੀ ਬਿਮਾਰੀ ਆ, ਉਹ ਮੂੰਹ ਖੁੱਲ੍ਹਾ ਰਹਿੰਦਾ, ਉਹ ਅਸੀਂ 1 ਸੈਕਿੰਡ 'ਚ ਬੰਦ ਕਰ ਦਿੰਦੇ ਹਾਂ। ਹਾਂਜੀ, ਉਹ ਤਾਂ ਕੋਈ ਬੰਦਾ ਪਾਣੀ ਨਹੀਂ ਪੀ ਸਕਦਾ, ਰੋਟੀ ਨਹੀਂ ਖਾ ਸਕਦਾ, ਅੰਦਰ ਕੋਈ ਚੀਜ਼ ਜਾਣੀ ਨਹੀਂ, ਉਦੋਂ ਜਾਊਗੀ ਜਦੋਂ ਮੂੰਹ ਬੰਦ ਕਰ ਦਾਂਗੇ। ਕਿੰਨੀ ਦੇਰ ਦੇ ਵਿੱਚ ਕੰਪਲੀਟ ਕਰ ਦਿੰਦੇ ਅਸੀਂ ਇਹ ਜਿਹੜਾ ਕੋਈ ਮੂੰਹ ਟੇਡੇ ਵਾਲਾ ਕੋਈ ਆਉਂਦਾ ਅਚਾਨਕ ਜਦੋਂ ਹੋਣ ਆ ਜਾਂਦਾ ਕੋਈ? ਹਫ਼ਤੇ 10 ਦਿਨਾਂ 'ਚ 2-3 ਫੇਰੇ ਲਗਾਉਣੇ ਪੈਣੇ, ਜਿਹਦਾ ਮੂੰਹ ਖੁੱਲ੍ਹਾ ਹੋਵੇ ਉਹ ਉਸੇ ਵੇਲੇ, ਜਿਹੜਾ ਮੂੰਹ ਖੁੱਲ੍ਹਾ ਉਸੇ ਵੇਲੇ, ਜਿਹੜਾ ਟੇਡੇ ਵਾਲਾ ਉਹ ਹੌਲੀ ਹੌਲੀ, ਟੇਡੇ ਵਾਲਾ ਹੌਲੀ ਹੌਲੀ 2-3 ਗੇੜੇ ਵਾਲ ਲਾਉਣੇ ਪਾਉਣਗੇ। ਤਾਂ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਇੱਥੇ ਇਸ ਵਕਤ ਪਹੁੰਚ ਚੁੱਕੇ ਤੁਹਾਡੇ ਤੱਕ? ਮੂੰਹ ਆ ਹੁਣੇ ਤੁਹਾਡੇ ਸਾਹਮਣੇ ਜਿਹੜੇ ਆਏ ਸੀ ਉਹ ਤਾਂ ਬੱਚੀ ਦਾ ਮੂੰਹ ਵਿੰਗਾ ਹੋਇਆ, ਹੁਣ ਆਹ ਵੇਖ ਲਓ ਇਹਨਾਂ ਦੀ 60-65 ਸਾਲ ਉਮਰ ਆ, ਉਹ ਬਾਹਰ ਬਜ਼ੁਰਗ ਬੈਠੇ ਆ, ਹਰ ਉਮਰ ਦੇ ਵਿੱਚ ਮੂੰਹ ਵਿੰਗਾ ਹੁੰਦਾ, ਹਰ ਉਮਰ 'ਚ। ਕਿੰਨੀਆਂ ਪੀੜ੍ਹੀਆਂ ਤੋਂ ਬਾਬਾ ਜੀ ਇਹ ਸੇਵਾ ਚੱਲਦੀ ਆ? ਕੋਈ ਪਤਾ ਹੀ ਨਹੀਂ ਗਾ ਕਿ ਕਈ ਪੀੜ੍ਹੀਆਂ ਹੋ ਗਈਆਂ ਜੀ। ਹਾਂਜੀ, ਬਾਕੀ ਇਹ ਆ ਵੀ ਸਾਨੂੰ ਇਲਾਜ ਸਾਡਾ ਮੁਫ਼ਤ ਆ, ਅਸੀਂ ਕੋਈ ਪੈਸਾ ਨਹੀਂ ਕਿਸੇ ਕੋਲ ਲੈਣਾ, ਕੋਈ ਅਸੀਂ ਪਖੰਡ ਨਹੀਂ ਕਰਦੇ, ਕੋਈ ਜਾਦੂ ਟੂਣਾ ਨਹੀਂ ਕਰਦੇ, ਕੋਈ ਧਾਗਾ ਨਹੀਂ ਦਿੰਦੇ। ਹਾਂਜੀ, ਅਸੀਂ ਹੱਥ ਨਾਲ ਹੀ ਸੇਵਾ ਕਰਨੀ, ਲੋਕ ਠੀਕ ਹੋਈ ਜਾਂਦੇ ਆ। ਹਾਂਜੀ, ਤਾਂ ਬਿਲਕੁਲ ਦੇਖ ਸਕਦੇ ਜੀ ਕਿ ਲੋਕ ਸਹੀ ਹੋਈ ਜਾਂਦੇ ਨੇ। ਤਾਂ ਇੱਕ ਖਾਸ ਤਸਵੀਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤ ਕਰ ਰਹੇ ਹਾਂ ਕਿ ਜਿੱਥੇ ਦੱਸਿਆ ਜਾ ਰਿਹਾ ਕਿ ਪਲਾਂ ਦੇ ਵਿੱਚ ਜੇਕਰ ਮੂੰਹ ਕਿਸੇ ਦਾ ਖੁੱਲ੍ਹਾ ਤਾਂ ਉਹ ਇੱਕੋ ਸ਼ੂਟ ਦੇ ਵਿੱਚ ਅਸੀਂ ਮੂੰਹ ਜਿਹੜਾ ਵਾ ਬਿਲਕੁਲ ਸਹੀ ਕਰ ਦੇਵਾਂਗੇ, ਬੰਦ ਕਰ ਦਾਂਗੇ। ਜਿੱਦਾਂ ਮੂੰਹ ਟੇਢਾ ਹੋ ਜਾਂਦਾ ਹੈ ਤਾਂ ਉਹ ਮੂੰਹ ਜਿਹੜਾ ਵਾ ਉਹ ਚਾਹੇ 2-3 ਵਾਰੀ ਫੇਰੇ ਲਗਾਉਣੇ ਪੈਣਗੇ ਇਸ ਜਗ੍ਹਾ ਦੇ ਉੱਤੇ ਆ ਕੇ, ਪਰ ਸਹੀ ਹੋਣ ਦੀ ਗਰੰਟੀ ਜਿਹੜੀ ਦਿੱਤੀ ਜਾ ਰਹੀ ਆ। 20-20 ਸਾਲ ਪੁਰਾਣੀਆਂ ਜਿਹੜੀਆਂ ਬਿਮਾਰੀਆਂ ਨੇ, ਪੋਲੀਓ ਹੋ ਗਿਆ, ਪੈਰਾਲਾਈਜ਼ ਦਾ ਜੋ ਅਟੈਕ ਹੁੰਦਾ, ਸਰੀਰ ਟੇਢਾ ਹੋ ਜਾਂਦਾ ਪੂਰਾ, ਤਾਂ ਉਹ ਮੂੰਹ ਟੇਢਾ ਹੋ ਜਾਂਦਾ, ਉਹ ਕਾਫੀ ਇਲਾਜ ਜਿਹੜੇ ਕਿਹਾ ਜਾ ਰਿਹਾ ਕਿ ਕਰਨ ਨੂੰ ਅਸੀਂ ਅਗਾਂਹ ਹੁੰਦੇ ਹਾਂ, ਪਿੱਛੇ ਨਹੀਂ ਹੁੰਦੇ, ਪਰ ਕੋਈ ਟਾਈਮ ਦਾ ਪੀਰੀਅਡ
एक नहीं दो नहीं सैकड़ों नहीं हज़ारा लोगों के इलाज जोड़े ने इस जगह के उत्ते कर दते गए ना। अज की तस्वीर की गल की जाए तो अज भी सैकड़ों लोग जोड़े पहुँच चुके हैं बाहर, गड्डिया लगिया हुई ने, गड्डिया के उत्ते लोग पहुँचे ने, पंजाब चो नहीं पंजा पूरे इंडिया चो नहीं विदेशों तो भी लोग जोड़े इतने पहुँचते हैं तो उन्होंने वालों भी जोड़ा इलाज करवाने वास्ते इतने आया जा रहा। तो अमृतसर दे बल कल पहुंची साड़ी टीम अज तो तस्वीर साझी की है जोड़े दर्शक साढ़े देख रहे हैं।